ਕੋਲ ਸਾਡੇ ਖਤਮ ਅੱਗੇ ਪਾਣੀ ਉਹਨੂੰ ਤਾਂ ਦੱਸਿਆ ਮੈਂ ਨਹੀਂ ਕਹਿੰਦੇ ਹੁਣ ਆਪਾਂ ਨਾ ਇੱਥੇ ਬਿਲਕੁਲ ਲੇਕ ਦੇ ਵਿੱਚ ਆਏ ਗੂਗਲ ਤੋਂ ਦੇਖੋ ਨਾ ਅਸੀਂ ਬਿਲਕੁਲ ਜਿਵੇਂ ਪਾਣੀ ਦੇ ਉੱਤੇ ਖੜੇ ਫਿਰ ਟੈਂਸ਼ਨ ਸੋਚ ਕੇ ਡਰ ਲੱਗਦਾ ਕਿ ਥੱਲੇ ਪਾਣੀ ਪੈਦਾ ਵੀ ਨਹੀਂ ਆਉਂਦਾ ਅਤੇ ਪਰ ਉਹ ਇੰਨੀ ਨਹੀਂ ਸੀਗੀ ਬਸ ਜਮੀ ਨਾ ਟਰੱਕ ਤਾਂ ਬਹੁਤ ਹੈਵੀ ਹੁੰਦਾ ਹਾਂ ਨਹੀਂ ਲੈ ਜਾਂਦੇ ਆ ਅਤੇ ਉੱਥੇ ਪਾਰ ਕਰਕੇ ਨਾ ਇੱਕ ਨਹੀਂ ਸੀਗਾ ਉੱਥੇ 50 ਟਰੱਕ ਹੋਣੇ ਉੱਥੇ ਸਾਰੇ ਅਲੱਗ ਅਲੱਗ ਖੜੇ ਕੀਤੇ ਨਾ ਫਿਰ ਲੋਕ ਟੈਂਟ ਲਗਾ ਕੇ ਨਾ ਉਹ ਟੈਂਟ ਆਉਂਦੇ ਇੰਸਟੀਟਿਊਸ਼ਨ ਵਾਲੇ ਆਉਂਦੇ ਥੋੜ੍ਹੇ ਨਾ ਠੰਡ ਨਹੀਂ ਲੱਗਦੀ ਵਿਟਰੀ ਵੀ ਲਾਇਆ ਉਹਨਾਂ ਨੇ ਬੈਠ ਕੇ ਮੈਂ ਦੋ ਦੋ ਲੇਅਰ ਪਾਈ ਦੋ ਜਰਾਬਾਂ ਪਾਈਆਂ ਸੀਗੀਆਂ ਮੈਂ ਕਿਹਾ ਜੇ ਠੰਡ ਲੱਗੀ ਤਾਂ ਗਰਮੀ ਲੱਗੀ ਤਾਂ ਜਰਾਬਾਂ ਨੇ ਜੇ ਠੰਡ ਲੱਗੀ ਫਿਰ ਪੱਖਾ ਆਉਣਾ ਕਰਦੇ ਅਤੇ ਫਿਰ ਉਹਨਾਂ ਨੇ ਕੱਟ ਕੇ ਨਾ ਫਿਸ਼ਿੰਗ ਵਾਸਤੇ ਪਾ ਲਿਆ ਚੱਕਰ ਲੱਗੀ ਸੀਗਾ